ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਕੇ ਅੱਜ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜੱਥਾ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਤੋਂ ਭਾਰਤ ਪਹੁੰਚ ਗਿਆ ਹੈ। ਇਸ ਮੌਕੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੋਂ ਇਲਾਵਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਪਹੁੰਚੀਆਂ ਸੰਗਤਾਂ ਨੇ ਕਾਫ਼ੀ ਖੁਸ਼ੀ ਮਹਿਸੂਸ ਕੀਤੀ ਹੈ। ਇਸ ਮੌਕੇ ਸੰਗਤਾਂ ਨੇ ਮੰਗ ਕੀਤੀ ਹੈ ਕਿ ਜੋ ਪਾਕਿਸਤਾਨ ਸਰਕਾਰ ਨੇ $20 ਦੀ ਫੀਸ ਰੱਖੀ ਹੈ ਉਸਨੂੰ ਵੀ ਖਤਮ ਕਰ ਦਿੱਤਾ ਜਾਣਾ ਚਾਹੀਦਾ ਹੈ ਅਤੇ ਪਾਸਪੋਰਟ ਦੀ ਸ਼ਰਤ ਵੀ ਨਹੀਂ ਹੋਣੀ ਚਾਹੀਦੀ ਹੈ। ਤੁਹਾਨੂੰ ਦੱਸ ਦਈਏ ਕਿ ਬੀਤੀ 5 ਨਵੰਬਰ ਨੂੰ ਇਹ ਜੱਥਾ ਪਾਕਿਸਤਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨ ਦੀਦਾਰ ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਇੱਥੋਂ ਗਿਆ ਸੀ। ਐਕਸਪੀਰੀਅੰਸ ਬਹੁਤ ਸੋਹਣਾ ਰਿਹਾ, ਗਾਈਨਾਸ ਲੋਕ ਵੀ ਬਹੁਤ ਪਿਆਰ ਕਰਦੇ ਸੀ, ਬਹੁਤ ਪ੍ਰੇਮ ਦਿੱਤਾ, ਸੋ ਬਹੁਤ ਸੋਹਣਾ ਰਿਹਾ। ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਜਦੋਂ ਉੱਥੇ ਗੱਲਬਾਤ ਹੋ ਰਹੀ ਸੀ, ਕਿਸ ਤਰ੍ਹਾਂ ਦੇ ਲੋਕਾਂ ਦਾ ਮਾਹੌਲ ਸੀਗਾ ਔਰ ਕਿਸ ਤਰ੍ਹਾਂ ਦਾ ਉੱਥੇ ਅਰੇਂਜਮੈਂਟ ਕੀਤੇ ਗਏ ਸੀ? ਉਹਨਾਂ ਦਾ ਬਹੁਤ ਖੁਸ਼ੀ, ਬਹੁਤ ਚਾਅ ਨਾਲ ਉਹਨਾਂ ਨੇ ਮਨਾਇਆ, ਸੋ ਬਹੁਤ ਉਹਨਾਂ ਨੇ ਆਪਣਾ ਪਿਆਰ ਦਿੱਤਾ ਸਾਰਿਆਂ ਨੂੰ। ਸਰ ਇੱਕ ਲਾਸਟ ਇੱਕ ਕੁਐਸਚਨ ਹੈ ਜੀ, ਉੱਥੇ ਖਾਲਿਸਤਾਨ ਦੇ ਕੋਈ ਝੰਡੇ ਵਗੈਰਾ ਵੀ ਲਗਾਏ ਗਏ ਸੀਗੇ, ਕੁਛ ਇਸ ਤਰ੍ਹਾਂ ਦਾ ਦੇਖਿਆ ਸੀ? ਆਪਾਂ ਨਹੀਂ ਕੋਈ ਦੇਖੇ। ਨਵਜੋਤ ਸਿੰਘ ਸਿੱਧੂ ਦਾ ਕਿੰਨਾ ਕੁ ਲੋਕੀ ਰੋਲ ਸਮਝਦੇ ਨੇ, ਨਵਜੋਤ ਸਿੰਘ ਸਿੱਧੂ ਨੂੰ ਕਿੰਨਾ ਕੁ ਯਾਦ ਕਰਦੇ ਨੇ? ਲੇਕਿਨ ਉਹਨਾਂ ਨੇ ਕਾਫ਼ੀ ਅਪਰੀਸ਼ੀਏਟ ਕਰਦੇ ਜੋ ਉਹਦਾ ਰੋਲ ਨਿਭਾਇਆ ਉਹਨੇ, ਸੋ ਬਹੁਤ ਸੋਹਣਾ ਉਪਰਾਲਾ ਹੋਇਆ ਸੀ ਸਾਰੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ 550 ਸਾਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਦਰਸ਼ਨ ਦਦਾਰੇ ਕਰਨ ਗਏ ਸੀ। ਮਨਾਉਣ ਵਾਸਤੇ ਸਿੱਖ ਸੰਗਤਾਂ ਗਈਆਂ ਸੀ, ਉੱਥੇ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਨਜ਼ਾਰਾ ਸੀ, ਗੁਰੂ ਨਾਨਕ ਸਾਹਿਬ ਦੀ ਬਹੁਤ ਜ਼ਿਆਦਾ ਕਿਰਪਾ ਸੀ। ਉੱਥੋਂ ਦੇ ਆਵਾਮ ਨੇ ਸਿੱਖ ਸੰਗਤਾਂ ਨੂੰ ਬਹੁਤ ਜ਼ਿਆਦਾ ਪਿਆਰ ਕੀਤਾ। ਉਹ ਜਿਸ ਤਰ੍ਹਾਂ ਕਿ ਕਰਤਾਰਪੁਰ ਸਾਹਿਬ ਦੀ ਘਟਨਾ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਜੀ ਚਾਦਰ ਨੂੰ ਵੰਡ ਲਿਆ ਸੀ, ਉਹ ਮਹਿਸੂਸ ਹੋ ਰਿਹਾ ਸੀ ਵੀ ਗੁਰੂ ਨਾਨਕ ਸਾਹਿਬ ਨੂੰ ਸਿੰਧੀ ਲੋਕ, ਪਾਕਿਸਤਾਨੀ ਲੋਕ, ਪੰਜਾਬ ਦੇ ਲੋਕ ਸਾਡੇ ਤੋਂ ਵੀ ਐਂ ਲੱਗਦਾ ਸੀ ਇਸ ਤਰ੍ਹਾਂ ਵੱਧ ਪਿਆਰ ਕਰ ਰਹੇ ਜੀ। ਨਰਿੰਦਰ ਕੌਰ, ਤੁਸੀਂ ਪਾਕਿਸਤਾਨ ਤੋਂ ਆ ਰਹੇ ਹੋ, ਕੀ ਕਹਿਣਾ ਚਾਹੋਗੇ, ਕਿਸ ਤਰ੍ਹਾਂ ਦਾ ਉੱਧਰ ਐਕਸਪੀਰੀਅੰਸ ਰਿਹਾ ਤੁਹਾਡਾ ਔਰ ਕਿਸ ਤਰ੍ਹਾਂ ਦੇ ਉੱਧਰ ਲੋਕਾਂ ਨੇ ਤੁਹਾਨੂੰ ਪਿਆਰ ਦਿੱਤਾ ਹੈ ਜੀ? ਉੱਧਰ ਦੇ ਲੋਕ ਬਹੁਤ ਪਿਆਰ ਦਿੰਦੇ ਨੇ, ਬੜੇ ਪਿਆਰ ਮੁਹੱਬਤ ਨਾਲ ਪੇਸ਼ ਹੁੰਦੇ ਨੇ। ਫਿਰ ਜੇ ਕੋਈ ਆਖੇ ਕਿ ਕੋਈ ਕਿਸੇ ਕਿਸਮ ਦੀ ਪ੍ਰੋਬਲਮ, ਉਹ ਨਹੀਂ, ਸਿਕਿਉਰਿਟੀ ਵੀ ਬਹੁਤ ਸੀ ਬਾਜ਼ਾਰਾਂ 'ਚ, ਮਤਲਬ ਪੂਰੀ ਸਾਈਡਾਂ ਤੱਕ ਪੁਲਿਸ ਦੁਕਾਨਾਂ ਦੇ ਅੱਗੇ ਸਭ ਕੁਛ, ਕਿ ਬਹੁਤ ਖੁਸ਼ ਹੋ ਕੇ ਜਿਵੇਂ ਲੰਘੀ ਦਾ ਸੀ ਕਿ ਕੋਈ ਸੋਚੀ ਦਾ ਸੀ ਕਿ ਕੋਈ ਰਿਸਪੈਕਟ ਕਰਦਾ ਪਿਆ, ਉਹਨਾਂ ਵੱਲ ਵੇਖ ਕੇ ਸਮਝ ਆਉਂਦੀ ਸੀ ਕਿ ਰਿਸਪੈਕਟ ਕਰਦੇ ਨੇ, ਇੰਨੀ ਜ਼ਿਆਦਾ ਸਿਕਿਉਰਿਟੀ, ਇੰਨਾ ਜ਼ਿਆਦਾ। ਬਾਕੀ ਗੁਰਦੁਆਰਿਆਂ ਦੇ ਵੀ ਹਾਲਾਤ ਠੀਕ ਨੇ, ਬਹੁਤ ਸਾਂਭ ਸੰਭਾਲ ਕੀਤੀ ਹੈ। ਮੇਰਾ ਨਾਮ ਲਸ਼ਕਰ ਸਿੰਘ ਹੈ ਜੀ। ਅਸੀਂ ਜੀ ਉੱਥੋਂ ਕੈਨੇਡਾ ਤੋਂ ਆਏ ਹਾਂ ਅਤੇ ਮੈਂ ਇੱਥੇ 6-7 ਦਿਨ ਪਾਕਿਸਤਾਨ ਰੁਕਿਆ। ਮੇਰਾ ਇੱਥੇ ਬਹੁਤ ਹੀ ਯੂਨੀਕ ਤਜਰਬਾ ਰਿਹਾ, ਲੋਕਾਂ ਨੇ ਬੜਾ ਸਾਨੂੰ ਸਿਰ ਮੱਥੇ ਖਿੜੇ ਕਿਹਾ। ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ 'ਤੇ ਵੀ ਆਏ ਹਾਂ, ਉੱਥੇ ਵੀ ਲੋਕਾਂ ਨੇ ਕਈਆਂ ਨੇ ਮਿਲ ਮਿਲਾਪ ਸਾਨੂੰ ਬਹੁਤ ਖੁੱਲ੍ਹੇ ਦਿਲ ਨਾਲ ਕੀਤਾ, ਆਪਣੇ ਫੋਨ ਨੰਬਰ ਵੀ ਦਿੱਤੇ। ਔਰ ਮੈਂ ਕੋਈ ਉਸੇ ਤਰ੍ਹਾਂ ਦੀ ਐਂਟੀ ਨੈਸ਼ਨਲ ਮੂਵਮੈਂਟ ਉੱਥੇ ਕੋਈ ਨਾਅਰੇਬਾਜ਼ੀ ਜਾਂ ਕੋਈ ਕੁਛ ਤਰ੍ਹਾਂ ਨਹੀਂ ਦੇਖਿਆ। ਸਿਰਫ ਉੱਥੇ ਇੱਕ ਨਿਰੋਲ ਧਾਰਮਿਕ ਜਿਹੜਾ ਉਹ ਉੱਥੇ ਮਾਹੌਲ ਸੀ ਔਰ ਲੋਕ ਬੜੇ ਖੁਸ਼ ਸੀ, ਖਾਸ ਕਰਕੇ ਜਿਹੜੇ ਇੱਧਰੋਂ ਇੰਡੀਅਨ ਜਥੇ ਆਏ ਆ, ਬਾਹਰਲੇ ਮੁਲਕਾਂ 'ਚੋਂ ਬਹੁਤ ਆਏ ਸੀ, ਕਾਫੀ ਰਸ਼ ਸੀ ਉੱਥੇ। ਪਰ ਇਟ ਵਾਜ਼ ਰੀਅਲੀ ਐਸਟੋਨਿਸ਼ਿੰਗ ਦੈਟ ਵੀ ਹੈਡ ਏ ਵੈਰੀ ਪ੍ਰੈਜ਼ੈਂਟ ਟਾਈਮ ਇਨ ਪਾਕਿਸਤਾਨ। ਬਿਊਰੋ ਰਿਪੋਰਟ, ਪੰਜਾਬ ਟੂਡੇ।